ਦੋਸਤੋ ਖੇਤੀ ਪ੍ਰਧਾਨ ਸੂਬਾ ਹੁਣ ਖੇਤੀਬਾੜੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ ਕਿਸਾਨਾਂ ਦੇ ਸਾਹਮਣੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਪਰ ਜਿਹੜੀਆਂ ਸਰਕਾਰਾਂ ਨੇ ਕਿਸਾਨ ਹਤੈਸ਼ੀ ਹੋਣ ਦੇ ਦਾਅਵੇ ਕਰਦੀਆਂ ਨੇ ਪਰ ਅਸਲ ਹਕੀਕਤ ਕੀ ਹੈ ਇਹ ਜਦੋਂ ਕਿਸਾਨਾਂ ਤੱਕ ਪਹੁੰਚਦੇ ਆ ਤਾਂ ਉਦੋਂ ਸਾਹਮਣੇ ਆਉਂਦੀ ਹੈ ਕਿ ਕਿਸਾਨਾਂ ਦੇ ਨਾਲ ਲਗਾਤਾਰ ਭਰੋਸੇ ਦਾ ਦਿੱਤੇ ਜਾ ਰਹੇ ਨੇ ਵਾਅਦੇ ਵੀ ਕੀਤੇ ਜਾ ਰਹੇ ਨੇ ਪਰ ਵਫਾ ਕੋਈ ਵਾਅਦੇ ਨਹੀਂ ਹੋ ਰਹੇ ਹਾਲੀ ਦੇ ਵਿੱਚ ਝੋਨੇ ਦੇ ਜਿਹੜੇ ਸਮਰਥਨ ਮੁੱਲ ਉਦੇ ਵਿੱਚ 200 ਰੁਪਏ ਦਾ ਇਜ਼ਾਫਾ ਕੀਤਾ ਗਿਆ ਇਸ ਇਜ਼ਾਫੇ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਫੇਰੀ ਤੇ ਆਉਣ ਵਾਲੇ ਨੇ ਕਿਸਾਨ ਇਸ ਚੀਜ਼ ਨੂੰ ਕਿੱਦਾਂ ਦੇਖਦੇ ਨੇ ਇਸ ਵਾਅਦੇ ਨੂੰ ਕਿੱਦਾਂ ਦੇਖਦੇ ਨੇ ਤੇ ਜਿਹੜੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਆ ਉਹਦੇ ਨਾਲ ਇਹਨਾਂ ਦਾ ਕੀ ਹਿਸਾਬ ਰਹੇਗਾ ਉਹਦੇ ਬਾਰੇ ਗੱਲਬਾਤ ਕਰਨ ਲਈ ਅਸੀਂ ਅੱਜ ਮਰਦਾਂਪੁਰ ਪਹੁੰਚੇ ਆ ਇੱਥੇ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਨਾਲ ਗੱਲ ਕਰਦੇ ਆ ਪੁੱਛਦੇ ਇਹਨਾਂ ਦਾ ਇਸ ਬਾਰੇ ਕੀ ਕਹਣਾ ਕੀ ਨਾਮ ਪ੍ਰਧਾਨ ਸਾਹਿਬ ਮੇਰਾ ਨਾਮ ਗੁਲਜਾਰ ਸਿੰਘ ਹੈ ਜਿੰਨੇ ਪਿੰਡ ਮੇਰਾ ਸਲੇਮਪੁਰ ਜੱਟ ਹੈ ਤੇ ਮੈਂ ਖਜ਼ਾਂਚੀ ਆ ਪੰਜਾਬ ਦਾ ਭਾਰਤੀ ਕਿਸਾਨ ਰਾਜੇਵਾਲ ਦਾ ਜੀ ਕਿੱਦਾਂ ਦੇਖਦੇ ਹੋ 200 ਰੁਪਏ ਦਾ ਵਾਅਦਾ ਕਰਕੇ ਮੋਦੀ ਸਰਕਾਰ ਦੇ ਆਗੂ ਹੁਣ ਪ੍ਰਧਾਨ ਮੰਤਰੀ ਮੋਦੀ ਇੱਥੇ ਪੰਜਾਬ ਦੇ ਵਿੱਚ ਆ ਰਹੇ ਨੇ ਕੀ ਸਮਝਦੇ ਇਸ ਫੇਰੀ ਨੂੰ ਤੁਹਾਡਾ ਕੀ ਮਤਲਬ ਹੈ ਇਸ ਫੇਰੀ ਤੋਂ ਕੀ ਸਮਝਦੇ ਆ ਤੇ ਨਾਲ ਦੀ ਨਾਲ ਜਿਹੜਾ 200 ਰੁਪਏ ਦਾ ਇਜ਼ਾਫਾ ਕੀਤਾ ਗਿਆ ਉਹਨੂੰ ਕਿਦਾਂ ਦੇ ਦੇਖੋ ਜੀ ਗੱਲ ਇਹ ਹੈ ਵੀ ਹਮੇਸ਼ਾ ਹੀ ਕੇਂਦਰ ਨੇ ਪੰਜਾਬ ਦੇ ਨਾਲ ਧੱਕਾ ਕੀਤਾ ਹੈ ਧੋਖਾ ਕੀਤਾ ਹੈ ਹੁਣ ਕੇ ਵੀ ਆ 200 ਰੁਪਏ ਨਹੀਂ ਵਧਾਇਆ ਗਿਆ ਪੰਜਾਬ ਦੇ ਵਿੱਚ ਜਿਸ ਝੋਨੇ ਦਾ 200 ਰੁਪਏ ਵਧਾਇਆ ਗਿਆ ਉਹ ਆਈਆਰ 8 ਹੈ ਪੰਜਾਬ ਦੇ ਵਿੱਚ 98% ਝੋਨਾ ਜਿਹੜਾ ਉਹ ਸੁਪਰ ਫਾਈਨ ਲੱਗਦਾ ਏ ਗ੍ਰੇਡ ਜਿਹਨੂੰ ਕਹਿੰਦੇ ਨੇ ਉਹਦਾ ਰੇਟ ਇਹਨਾਂ ਨੇ 180 ਰੁਪਏ ਵਧਾਇਆ ਔਰ ਇਹ ਪਹਿਲੀ ਵਾਰੀ ਹੋਇਆ ਹੈ ਵੀ ਜਿਹੜਾ ਵਧੀਆ ਝੋਨਾ ਉਹਦਾ ਰੇਟ ਘਟ ਬਧਾਇਆ ਗਿਆ ਜਿਹੜਾ ਘੱਟਿਆ ਕੁਆਲਟੀ ਦਾ ਝੋਨਾ ਉਹਦਾ ਰੇਟ ਵੱਧ ਬਧਾਇਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਇਹ ਵਧੀਆ ਝੋਨਾ ਲੱਗਦਾ ਇਸ ਕਰਕੇ ਪੰਜਾਬ ਦੇ ਨਾਲ ਮੈਂ ਸਮਝਦਾ ਵਿਤਕਰਾ ਕੀਤਾ ਆ ਜਿਹੜਾ 200 ਜਾਂ 180 ਰੁਪਏ ਵਧਾਉਣਾ ਇਹ ਕਿਸਾਨਾਂ ਦੇ ਨਾਲ ਮਜ਼ਾਕ ਸਮਝਦਾ ਮੈਂ ਕਿਉਂਕਿ ਹੁਣ ਕੇ ਮੋਦੀ ਸਰਕਾਰ ਦਾ ਵਾਅਦਾ ਸੀ ਸਾਡੇ ਨਾਲ ਵੀ ਅਸੀਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮਤਾਬਕ ਤੁਹਾਡੀਆਂ ਲਾਗਤਾਂ ਦੇ ਉੱਪਰ 50% ਮੁਨਾਫਾ ਜੋੜ ਕੇ ਦਵਾਂਗੇ ਪਰ ਇਹ ਉਹਦੇ ਤਾਂ ਨੇੜੇ ਤੇੜੇ ਵੀ ਨਹੀਂ ਹੈ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਹਾਂ 2016 ਦੇ ਵਿੱਚ ਆਰਟੀਆਈ 'ਚ ਇੱਕ ਸਵਾਲ ਪਾਇਆ ਸੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਨੂੰ ਕਿ ਸਾਨੂੰ ਦੱਸਿਆ ਜਾਵੇ ਇੱਕ ਕੁਇੰਟਲ ਝੋਨੇ ਦਾ ਖਰਚਾ ਕਿੰਨਾ ਆਉਂਦਾ ਹੈ ਉਹ ਸਾਡੇ ਕੋਲ ਲਿਖਤੀ ਰਿਪੋਰਟ ਹੈ 2011 ਰੁਪਏ ਕੁਇੰਟਲ 2016 ਦਾ ਰਿਪੋਰਟ ਹੈ ਮੈਂ ਕਹਿੰਦਾ ਜੇ ਉਸ ਉਦੋਂ ਬਾਅਦ ਤਾਂ ਮਹਿੰਗਾਈ ਬਹੁਤ ਉੱਪਰ ਹੋ ਗਈ ਜੀਐਸਟੀ ਲੱਗ ਗਿਆ ਤੇ ਨਾਲ ਡੀਜ਼ਲ ਕਿੰਨਾ ਅੱਪ ਹੋ ਗਿਆ ਲੇਬਰ ਵਧ ਗਈ ਮਸ਼ੀਨਰੀ ਮਹਿੰਗੀ ਹੋ ਗਈ ਕੀੜੇਮਾਰਕ ਦਵਾਈਆਂ ਮਹਿੰਗੀਆਂ ਹੋ ਗਈਆਂ ਜੇ ਆਪਾਂ ਉਸੇ ਨੂੰ ਵੀ ਅੱਜ ਲਾਗਤ ਮੰਨ ਲਈਏ 2016 ਵਾਲੇ 2011 ਰੁਪਏ ਤਾਂ ਵੀ ਉਹਦੇ 50% ਮੁਨਾਫਾ ਬਣਾ ਕੇ ਪਾ ਕੇ ਜਿਹੜਾ ਹੈਗਾ ਉਹ ਰੇਟ 3000 ਤੋਂ ਉੱਪਰ ਚਾਹੀਦਾ ਸੀ ਮੈਨੂੰ ਇੱਕ ਗੱਲ ਕਹਿ ਸਕਦਾ ਵੀ ਇਹ ਚੰਗੀ ਸ਼ੁਰੂਆਤ ਹੋ ਸਕਦੀ ਹੈ ਜੇ ਸਰਕਾਰ ਦੀ ਨੀयत ਸਾਫ਼ ਹੋਵੇ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਪਰ ਇਹ ਹੈ ਕਿ ਇਸ ਟਾਈਮ ਤੇ ਜੇ ਕਹਿਣ ਜਿੱਦਾਂ ਉਹ ਬਿਆਨ ਦਿੰਦੇ ਨੇ ਬਾਦਲ ਸਾਹਿਬ ਦਾ ਬਿਆਨ ਮੈਂ ਬੜਾ ਹੈਰਾਨ ਹੋਇਆ ਸੁਣ ਕੇ ਕਹਿੰਦੇ ਵੀ ਤੁਹਾਨੂੰ ਸੁਆਮੀ ਨਾਥਨ ਕਮਿਸ਼ਨ ਦੀ ਮੋਦੀ ਸਾਹਿਬ ਨੇ ਰਿਪੋਰਟ ਜੀ ਲਾਗੂ ਕਰ ਦਿੱਤੀ ਇਹ ਲੋਕਾਂ ਨੂੰ ਗੁੰਮਰਾਹ ਕਰ ਪ੍ਰਚਾਰ ਕਰਨ ਬੰਦ ਕਰਨ ਜਿੱਦਾਂ ਦੀ ਕੱਲ ਨੂੰ ਇੱਕ ਇੱਥੇ ਰੈਲੀ ਮਲੋਟ ਦੇ ਵਿੱਚ ਇੱਕ ਪਾਰਟੀ ਜਿਹੜੀ ਆਪਣੇ ਆਪ ਨੂੰ ਕਿਸਾਨ ਹਤਾਸ਼ੀ ਉਹ ਇੱਥੇ ਪਤਾ ਨਹੀਂ ਮੈਨੂੰ ਤਾਂ ਕੀ ਚਾ ਉਹਨਾਂ ਨੂੰ ਲੱਗਿਆ ਆ ਆਈਕਨ ਨੂੰ ਮਿਨਿਸਟਰੀ ਮਿਲੀ ਆ ਵਿਚਾਰਾਂ ਨੂੰ ਪਤਾ ਨਹੀਂ ਉਹਨੂੰ ਬਚਾਉਣ ਵਾਸਤੇ ਐ ਵੀ ਐਡਾ ਵੱਡਾ ਮੈਂ ਤਾਂ ਸਮਝਦਾ ਐ ਕਿ ਕਿਸਾਨਾਂ ਦੀ ਪਿੱਠੇ ਛੂਰਾ ਮਾਰਨ ਵਾਲਾ ਗੱਲ ਕਰ ਰਹੀ ਆ ਉਹ ਪਾਰਟੀ ਜਦੋਂ ਉਹਨਾਂ ਨੂੰ ਪਤਾ ਐ ਉਹ ਆਪ ਖੇਤੀ ਕਰਦੇ ਨੇ ਤੇ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਮੈਂ ਆਪਣੇ ਭਰਾਵਾਂ ਨੂੰ ਵੀ ਅਪੀਲ ਕਰਦਾ ਆ ਵੀ ਭਰਾਵੋ ਅਕਾਲੀ ਕਾਂਗਰਸੀ ਬਾਦਚ ਬਣੋ ਪਹਿਲਾਂ ਕਿਸਾਨ ਬਣ ਕੇ ਸੋਚਿਓ ਜੇ ਤੁਹਾਨੂੰ ਲੱਗਦਾ ਤੁਹਾਡਾ ਇਨਸਾਫ ਹੋ ਜਾ ਤਾਂ ਜਾਇਓ ਨਹੀਂ ਜਾਇਓ ਮੈਂ ਇੱਥੇ ਆਪਾਂ ਹੋਰ ਗੱਲਾਂ ਵੀ ਕਰਨੀਆਂ ਨੇ ਪਰ ਇੱਥੇ ਜਿਹੜੀ ਹੁਣ ਤੁਸੀਂ ਅਮਲੋਟ ਦੇ ਵਿੱਚ ਰੈਲੀ ਦੀ ਗੱਲ ਚੱਕ ਲਈ ਆ ਇੱਥੇ ਇੱਕ ਸਵਾਲ ਖੜਾ ਹੁੰਦਾ ਕਿ ਰੈਲੀਆਂ ਤੇ ਬਹੁਤ ਸਾਰੇ ਪੈਸੇ ਖਰਚ ਜਾਂਦੇ ਲੱਖਾਂ ਪੈਸੇ ਲੱਗਦੇ ਨੇ ਤੁਹਾਨੂੰ ਲੱਗਦਾ ਵੀ ਉਹ ਪੈਸੇ ਜੇ ਕਿਸਾਨਾਂ ਦੀ ਜੇਬ ਵਿੱਚ ਪੈ ਜਾਣ ਕਿਸਾਨਾਂ ਤੱਕ ਪਹੁੰਚ ਜਾਣ ਕਿਤੇ ਨਾ ਕਿਤੇ ਕਿਸਾਨਾਂ ਦਾ ਲਾਭ ਹੋ ਸਕਦਾ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਦੇਖੋ ਜੀ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਵਾਸਤੇ ਸਿਆਸੀ ਪਾਰਟੀਆਂ ਕਰੋੜਾਂ ਰੁਪਏ ਵੀ ਖਰਚਦੇ ਨੇ ਲੱਖਾਂ ਦੀ ਗੱਲ ਛੱਡੋ ਇਹ ਜਿਹੜੀ ਮਲੋਟ ਰੈਲੀ ਹੋ ਰਹੀ ਹੈ ਇਹਦੇ ਉੱਪਰ ਕਰੋੜਾਂ ਚ ਖਰਚਾ ਹੋ ਲੱਖਾਂ ਜ ਨਹੀਂ ਸਰਨਾ ਯੂਗੋ ਤਾਂ ਦਾਬਾ ਕਰਨ ਨੂੰ ਸਾਡਾ ਬੰਦੇ ਪੰਜ 7 ਕਰੋੜ ਇਕੱਠਾ ਹੋਊ ਤੇ ਇੰਨੇ ਵਾਸਤੇ ਬੱਸਾਂ ਗੱਡੀਆਂ ਕਿੰਨਾ ਡੀਜ਼ਲ ਫੋਕਣਾ ਕਿੰਨਾ ਟੈਂਟ ਲੱਗੂ ਕਿੰਨਾ ਵੱਡਾ ਖਰਚਾ ਹੋਣਾ ਇਹ ਹੀ ਪੈਸਾ ਜਿਹੜਾ ਹੈਗਾ ਕਿਸਾਨਾਂ ਦੀ ਜੇਬ ਚ ਪੈਂਦਾ ਮਜ਼ਦੂਰਾਂ ਦੀ ਜੇਬ ਚ ਪੈਂਦਾ ਤਾਂ ਉਹਨਾਂ ਦੀ ਜੇ ਮਾਲੀ ਹਾਲਤ ਸੀ ਉਹ ਸੁਧਰ ਨਹੀਂ ਸੀਗੀ ਆ ਜਿਹੜਾ ਮੈਂ ਇੱਕ ਪਰਸੋਂ ਸ਼ਾਮ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਟੀਵੀ ਤੇ ਬੋਲਦਾਂ ਸੁਣਿਆ ਉਹ ਕਹ ਰਹੀ ਸੀ 1 ਏਕੜ ਤੋਂ ਲੈ ਕੇ 1.5 ਏਕੜ ਤੱਕ ਦਾ 50000 ਦਾ ਫਾਇਦਾ ਹੋਵੇਗਾ ਮੈਂ ਸਮਝਦਾ ਵੀ ਉਹ ਕਿਸਾਨਾਂ ਨੂੰ ਬੇਕੂਫ ਸਮਝਦੇ ਨੇ ਕਿਸਾਨ ਹੁਣ ਬੇਕੂਫ ਨਹੀਂ ਰਿਹਾ ਕਿਸਾਨ ਸਮਝਦਾ ਹੈ ਦੇਖੋ 180 ਰੁਪਏ ਦੇ ਨਾਲ ਇੱਕ ਜਿਹੜਾ ਇੱਕ ਏਕੜ ਦਾ ਜਿਹੜਾ ਸਾਡਾ ਝਾੜ ਹੈ ਖੇਤੀਬਾਨੀ ਯੂਨੀਵਰਸਿਟੀ ਦੱਸਦੀ ਹੈ ਵੀ 18 ਕੁਇੰਟਲ 60 ਕਿਲੋ ਹੈ ਪਰ ਕਿਸਾਨ ਨੇ ਆਪਣੀ ਸਖਤ ਮਿਹਨਤ ਕਰਕੇ ਉਹਨੂੰ 25 ਕੁਇੰਟਲ ਤੱਕ 30 ਕੁਇੰਟਲ ਤੱਕ ਵੀ ਕੱਢਿਆ ਐ ਐਵਰੇਜ ਆਪਾਂ 25 ਮੰਨ ਲਈਏ ਤਾਂ 25 ਨੂੰ 180 ਨਾਲ ਗੁਣਾ ਕਰ ਲਓ 4500 ਰੁਪਏ ਵਧਿਆ ਤੇ 4500 ਰੁਪਏ ਜਿਹੜਾ ਸਾਡਾ ਵਧਿਆ ਹੈ ਸਾਡਾ ਦੇਖੋ ਜੀ 40 ਲੀਟਰ ਡੀਜ਼ਲ ਫੁਕਦਾ ਇੱਕ ਏਕੜ ਝੋਨਾ ਲਾਉਣ ਤੇ ਸਾਨੂੰ ਦੋ ਵਾਰੀ ਸੁੱਕੇ ਚ ਵਾਣਾ ਪੈਂਦਾ ਦੋ ਵਾਰੀ ਕੱਦੂ ਕਰਨਾ ਪੈਂਦਾ ਦੋ ਵਾਰੀ ਨੂੰ ਸੁਹਾਗਾ ਮਾਰਨਾ ਪ ਤੇ 40 ਲੀਟਰ ਦਾ ਤੁਸੀਂ 14 ਰੁਪਏ ਇਸ મોદી ਸਰਕਾਰ ਦੀ ਦੇ ਵਿੱਚ 14 ਰੁਪਏ ਲੀਟਰ ਡੀਜ਼ਲ ਵੱਧ ਗਿਆ। ਮਨਮੋਹਨ ਸਰਕਾਰ ਦੇ ਚ 54 ਰੁਪਏ ਹੁੰਦਾ ਸੀਗਾ ਅੱਜ 68 ਰੁਪਏ ਪਾਰ ਕਰ ਗਿਆ ਤੇ ਤਕਰੀਬਨ 27-2800 ਰੁਪਏ ਸਾਡਾ ਕੱਲਾ ਡੀਜ਼ਲ 딜 ਲੈ ਕੇ ਬਹਿ ਗਿਆ। ਤੇ ਹੁਣ ਕੇ ਸਰਕਾਰ ਨੇ ਕਹਿਤਾ 20 ਤਰੀਕ ਤੋਂ ਬਾਅਦ ਚੋ ਨਾ ਲਾਉਣਾ। ਇਹਦੇ ਨਾਲ ਸਾਡੀ ਲੇਬਰ ਵੱਧ ਗਈ, ਲੇਬਰ ਪ੍ਰਾਈਸ ਕਾਸਟ ਹੈ ਜਿਹੜੀ ਸਾਡੀ ਉਹ ਤਕਰੀਬਨ 1000 ਰੁਪਏ ਏਕੜ ਤੇ ਕਰੀਬ ਉਹ ਵੱਧ ਗਈ। ਜਿਹੜਾ ਪਿੱਛੇ 2200 ਲੱਗਦਾ ਸੀ ਅੱਜ 3200-3500 ਤੱਕ ਲੱਗ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨੀ ਜਿੰਸਾਂ ਜਿਹੜਾ ਅਰੇ ਕੀੜੇ ਮਾਰਕ ਬਾੜ ਮਾਰ ਦਵਾਈਆਂ ਬੀਜ ਮੋਦੀ ਸਾਹਿਬ ਨੇ ਉੱਤੇ ਚੱਕ ਕੇ ਜੀਐਸਟੀ ਲਾਤਾ ਅਸੀਂ ਕੋਈ ਸਪेयर पार्ट ਖਰੀਦਦੇ ਹਾਂ 28% ਜੀਐਸਟੀ 12% ਤੋਂ ਉੱਪਰ ਉੱਪਰ ਹੈ ਬਾਜੀਜਾਂ ਤੇ ਵੀ 12% ਹੈ ਇਹ ਜੀਐਸਟੀ ਨਾਲ ਹੀ ਸਾਡਾ 1 ਪਰ 1 ਏਕੜ ਹੈ ਜਿਹੜਾ 800 ਤੋਂ ਲੈ ਕੇ 1000 ਰੁਪਏ ਦਾ ਖਰਚਾ ਸਾਡਾ ਵੱਧ ਗਿਆ ਇਹ ਤਿੰਨੇ ਚੀਜ਼ਾਂ ਨੇ 45 ਰੁਪਏ ਤੇ ਇਹਦੇ ਵਿੱਚ ਸਾਡਾ ਪੂਰਾ ਹੋ ਗਿਆ ਬਾਕੀ ਇਸ ਤੋਂ ਇਲਾਵਾ ਦੇਖੋ ਸਾਡੀ ਮੋਟਰਾਂ ਵੀ ਖਰਾਬ ਹੁੰਦੀਆਂ ਨੇ ਕਦੇ ਮੋਟਰ ਬਣਾਈ 5-4000 ਉਹਤੇ ਲੱਗ ਗਿਆ ਕਦੇ ਡਿਊਵਲ ਕਰਾਉਣਾ ਪੈ ਗਿਆ ਉਹ ਕੋਈ ਕਾਊਂਟ ਫਾਰ ਨਹੀਂ ਕਰਦਾ ਇਸੇ ਤਰ੍ਹਾਂ ਠੇਕਾ ਜਿਹੜਾ ਸਾਡਾ ਹੈਗਾ ਉਹ 13000 ਕਾਊਂਟ ਫਾਰ ਕਰਦੇ ਨੇ ਪੰਜਾਬ ਦੇ ਵਿੱਚ ਠੇਕਾ ਅੱਜ 45000 ਤੋਂ 60000 ਤੱਕ ਤੇ ਵੀ ਨਹੀਂ ਹੈਗਾ ਘਾਟੇ ਤੋਂ ਤਾਂ ਇਸ ਕਰਕੇ ਬੜਾ ਬੇਇਨਸਾਫੀ ਕਿਸਾਨ ਦੇ ਨਾਲ ਹੋ ਰਹੀ ਹੈ ਔਰ ਇਹਨੂੰ ਅੱਜ ਵੀ ਇਹ ਜਿਹੜੀ ਸਿਆਸੀ ਪਾਰਟੀਆਂ ਨੇ ਮੂਰਖ ਸਮਝਦਿਆਂ ਨੇ ਤੇ ਮੈਂ ਸਮਝਦਾ ਵੀ ਬਾਕੀ ਵੀਰ ਮੂਰਖ ਸੀ ਸਿੱਧੂ ਹੋਵਾਂਗੇ ਜੇ ਅਸੀਂ ਮਲੋਟ ਰੈਲੀ ਦੇ ਵਿੱਚ ਜਾ ਕੇ ਵੱਡਾ ਕੱਟ ਕਰਦੇ ਜਤਾਂ ਬਹੁਤ ਦਿਕਤਾਂ ਦੱਸ ਦਿੱਤੀਆਂ ਸਾਫ਼ ਤੌਰ ਤੇ ਦੱਸਤਾ ਕਿ 200 ਰੁਪਏ ਦਾ ਜਿਹੜਾ ਵਾਅਦਾ ਕੀਤਾ ਗਿਆ ਉਹ ਤਾਂ ਕਿਤੇ ਨਾ ਕਿਤੇ ਜਿਹੜੀਆਂ ਕਿਸਾਨਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਮਹਿੰਗਾਈ ਵਧੀਆ ਲਾਗਤ ਵਧੀਆ ਉਹਦੇ ਵਿੱਚ ਕਿਤੇ ਨਾ ਕਿਤੇ ਖੁਰਦਪੁਰਦ ਹੋ ਜਾਂਦਾ ਕੀ ਨਾਮ ਜੀ ਤੁਹਾਡਾ RAMLAL SINGH ਜੀ ਕਿੱਦਾਂ ਦੇਖਦੇ ਆ ਕਿਸਾਨਾਂ ਦੇ ਨਾਲ ਸਰਕਾਰਾਂ ਵਾਅਦੇ ਕਰਦੀਆਂ ਨੇ ਪਰ ਵਫਾ ਨਹੀਂ ਹੋ ਰਹੇ ਵਾਅਦੇ ਇਹ ਇੱਕ ਵਾਰ 200 ਰੁਪਏ ਦਾ ਵਾਅਦਾ ਕੀਤਾ ਗਿਆ ਇਸ ਵਾਰ ਕਿੱਦਾਂ ਦੇਖਦੇ ਸੀ ਉਹ ਤਾਂ ਬਿਲਕੁਲ ਮਾਮੂਲੀ ਹੈ ਜੀ ਇਹ ਤਾਂ ਡੀਜ਼ਲ ਦਾ ਖਰਚਾ ਹੀ ਨਹੀਂ ਪੂਰਾ ਹੁੰਦਾ 200 ਰੁਪਏ 'ਚ ਇਹਨਾਂ ਨੇ ਸੁਆਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨੀ ਸੀ ਜਾ ਡੇਢ ਗੁਣਾ ਆਪਣਾ 50% ਲਾਗਤ ਨਾਲੋਂ ਵੱਧ ਦੇਣਾ ਸੀ ਆ ਦੂਸਰਾ ਤਾਂ ਕੁਝ ਵੀ ਨਹੀਂ ਹੋਇਆ ਜੀ ਹਾ ਤੱਕ ਧੋਖਾ ਜੀ ਕਿਸਾਨਾਂ ਦਾ ਕਿਸਾਨਾਂ ਦੀ ਲਾਗਤ ਕਿੰਨੀ ਵਧ ਚੁੱਕੀ ਹੈ ਇਸ ਵਕਤ ਜੇ ਲਾਗਤ ਦੀ ਗੱਲ ਕਰੀਏ ਜਿੱਦਾਂ ਹੁਣ ਪ੍ਰਧਾਨ ਸਾਹਿਬ ਨੇ ਵੀ ਦੱਸਿਆ ਵੀ ਲਗਾਤਾਰ ਮਹਿੰਗਾਈ ਹੁੰਦੀ ਜਾ ਰਹੀ ਹੈ ਰੇ ਸਪਰੇਆਂ ਤੇ ਜਾਂ ਹੋਰ ਦਵਾਈਆਂ ਤੇ ਜਾਂ ਜਿਹੜੇ ਬੀਜ ਖਰੀਦਣੇ ਹੁੰਦੇ ਉਹਨਾਂ ਦਾ ਕਿੰਨਾ ਕਿੰਨਾ ਰੇਟ ਵਧ ਚੁੱਕਾ ਹੁਣ ਉਹ ਤਾਂ ਜੀ ਸਾਰੇ ਖਰਚਾ ਵਧ ਗਿਆ ਜੀ ਹੁਣ ਜੀਰੀ ਲਾਉਣ ਲੱਗੇ ਆ 1000 ਰੁਪਏ ਏਕੜ ਤੱਕ ਦਾ ਖਰਚਾ ਵਧਿਆ ਲੇਬਰ ਨਹੀਂ ਮਿਲਦੀ ਹੈ ਬਾਕੀ ਡੀਜ਼ਲ ਦਾ ਵਧਿਆ ਵੀ ਪਹਿਲੀ ਖਾਦ ਵਧ ਗਈ ਹਰ ਇੱਕ ਚੀਜ਼ ਵਧੀ ਵੀ ਹੈ। ਕੀ ਨਾਮ ਚ ਤੁਹਾਡਾ? ਗੋਵਿੰਦਰ ਸਿੰਘ ਜੀ। ਗੋਵਿੰਦਰ ਜੀ ਕਿੱਦਾਂ ਦੇਖਦੇ ਆਂ ਸਰਕਾਰ ਲਗਾਤਾਰ ਵਾਅਦੇ ਤਾਂ ਕਰ ਰਹੀ ਹੈ ਪਰ ਕਿਸਾਨਾਂ ਦੇ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ। ਕੀ ਕਹਿਣਾ ਚਾਹੁੰਦੇ? ਸਰਕਾਰਾਂ ਧੋਖਾ ਕਰ ਰਹੀ ਹੈ ਸਾਡੇ ਨਾਲ ਜਿੰਮੇਦਾਰਾਂ ਨਾਲ ਜੀ। ਇਹਨਾਂ ਨੂੰ ਇਹਨਾਂ ਨੂੰ ਦੇਖਣਾ ਚਾਹੀਦਾ ਜਿੰਮੇਦਾਰ ਕਰਨੀ ਜੀ ਵੀ ਕਿੰਨਾ ਖਰਚਾ ਪੈ ਰਿਹਾ ਕਿੰਨਾ ਮੰਦਰ ਹੋ ਰਹੀ ਹੈ ਜੀ। ਜੀ ਤੁਹਾਡੇ ਹਿਸਾਬ ਦੇ ਨਾਲ 200 ਰੁਪਏ ਦਾ ਜਿਹੜਾ ਵਾਅਦਾ ਕੀਤਾ ਗਿਆ ਇਹਨੂੰ ਜਾਇਜ਼ ਸਮਝਦੇ ਜਾਂ ਨਾਜਾਇਜ਼? ਇਹ ਨਾਜਾਇਜ਼ ਕੀਤਾ ਸਾਡੇ ਨਾਲ ਜੀ। ਇਹ 200 ਚ ਕੀ ਬਣਦਾ 200 ਰੁਪਏ ਜੀ? ਕਿਸਾਨਾਂ ਤੱਕ ਪਹੁੰਚ ਕਰਕੇ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕਰ ਰਹੇ ਕਿ 200 ਰੁਪਏ ਦਾ ਜਿਹੜਾ ਵਾਅਦਾ ਕੀਤਾ ਗਿਆ ਇਹਨੂੰ ਕਿਸਾਨ ਕਿੱਦਾਂ ਦੇਖਦੇ ਨੇ ਤੇ ਮੋਦੀ ਸਰਕਾਰ ਦੇ ਜਿਹੜੇ ਵਾਅਦੇ ਸੀਗੇ ਉਹ ਹਾਲੇ ਤੱਕ ਪੂਰੇ ਹੋਏ ਜਾਂ ਨਹੀਂ ਹੋਏ ਇਹ ਵੀ ਇਹਨਾਂ ਤੋਂ ਸਵਾਲ ਪੁੱਛ ਰਹੇ ਆ ਤੇ ਇਹਨਾਂ ਦੀ ਕੀ ਰਾਏ ਆ ਕਿ ਮੋਦੀ ਸਾਹਿਬ ਹੁਣ ਪੰਜਾਬ ਦੀ ਫੇਰੀ ਕਰ ਰਹੇ ਨੇ ਤੇ ਇਹ ਉਸ ਫੇਰੀ ਨੂੰ ਕਿੱਦਾਂ ਦੇਖਦੇ ਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਜੂਰਾ ਸਿੰਘ ਹੈ ਪਿੰਡ ਮਿਰਜਾ ਪਰ ਸੰਧਾਰਸੀ ਬਲਾਕ ਨੌਰ ਪ੍ਰਧਾਨ ਬੀ ਕੇ ਰਾਜਿਆ ਕਿੱਦਾਂ ਦੇਖਦੇ ਹੋ 200 ਰੁਪਏ ਦਾ ਇਜ਼ਾਫਾ ਕੀਤਾ ਗਿਆ ਸਰਕਾਰ ਕਹਿੰਦੀ ਹੈ ਵੀ ਅਸੀਂ ਬਹੁਤ ਵਧੀਆ ਕਿਸਾਨਾਂ ਦੀ ਹਤੈਸ਼ੀ ਹੈ ਤੇ ਬਹੁਤ ਵਧੀਆ ਅਸੀਂ ਫੈਸਲਾ ਲਿਆ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਦਲ ਹੈ ਉਹ ਵੀ ਆਪਣੇ ਪਿੱਠ ਪਾ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹਤੈਸ਼ੀ ਜਿਹੜੇ ਆ ਉਹ ਫੈਸਲੇ ਕੇਂਦਰ ਤੋਂ ਮੰਨਵਾ ਰਹੇ ਆ ਕਿਦਾਂ ਦੇਖਦੇ 200 ਰੁਪਏ ਦੇ ਵਾਅਦੇ ਨੂੰ ਤੇ ਮੋਦੀ ਸਰਕਾਰ ਹੁਣ ਲਗਾਤਾਰ ਇਹ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਇਹ ਤਾਂ ਜਿਹੜਾ ਮੋਦੀ ਸਰਕਾਰ ਨੇ ਸਾਨੂੰ ਹੁਣ ਰੇਟ ਦਿੱਤਾ ਇਹ ਤਾਂ ਬਿਲਕੁਲ ਵੀ ਮਤਲਬ ਸਾਡੇ ਖਰਚੇ ਵੀ ਜਿਹੜਾ ਡੀਜ਼ਲ ਦਾ ਖਰਚਾ ਹੁਣ ਵਧਿਆ ਡੀਜ਼ਲ ਹੈ 14 ਰੁਪਏ ਲੀਟਰ ਦਾ ਪ੍ਰਧਾਨ ਜੀ ਸਾਹਿਬ ਪਹਿਲਾਂ ਦੱਸ ਕੇ ਜੀ ਉਹ ਵੀ ਉਹਦਾ ਖੱਪਾ ਵੀ ਪੂਰਾ ਨਹੀਂ ਕਰਦਾ ਹੁਣ ਜਿੰਨਾ ਕਿ ਇਹਨਾਂ ਨੇ 180 ਰੁਪਏ ਵਧਾਇਆ ਸਾਡਾ ਪੀਆਰ ਝੋਨਾ ਲੱਗਦਾ ਜਿਹੜਾ ਸੁਪਰ ਫਾਈਨ ਕੁਆਲਿਟੀ ਦਾ ਹੈ ਇਹ ਪੰਜਾਬ ਦੇ ਵਿੱਚ ਤਕਰੀਬਨ ਇਹੀ ਲੱਗਦਾ ਜਿਹੜਾ ਇਹਨਾਂ ਨੇ 200 ਰੁਪਏ ਵਧਾਇਆ ਉਹ ਤਾਂ ਪੰਜਾਬ ਦੇ ਵਿੱਚ ਕਿਤੇ ਮੇਰੇ ਖਿਆਲ ਨਾਲ 1 ਏਕੜ ਵੀ ਨਹੀਂ ਲੱਗਦਾ ਹੈਗਾ ਇਸ ਟਾਈਮ ਜਾਂ ਸੁਪਰ ਫਾਈਨ ਦਾ ਲੱਗਦਾ ਹੈ ਜਾਂ ਬਾਸਮਤੀ ਲੱਗਦੀ ਹੈ ਤਾਂ ਇਹ ਤਾਂ ਜਿਹੜਾ 200 ਰੁਪਏ ਆ 180 ਰੁਪਏ ਦਾ 180 ਰੁਪਏ ਵਾਲਾ ਜਾਫਾ ਤਾਂ ਕੁਝ ਵੀ ਨਹੀਂ ਹੈਗਾ ਨਾ ਮਾਤਰੀ ਹੈ ਜੀ ਅਸੀਂ ਗੱਲ ਕਰੀਏ ਕਿਸਾਨ ਦੇ ਨਾਲ ਹਮੇਸ਼ਾ ਜੇ ਅਸੀਂ ਗੱਲ ਕਰਦੇ ਹਾਂ ਸੁਤੇਲੀ ਮਾਲ ਆ ਵਿਵਹਾਰ ਹੁੰਦਾ ਵਤੀਰਾ ਵਰਤਿਆ ਜਾਂਦਾ ਹਰ ਇੱਕ ਵਾਰੀ ਇਹੀ ਗੱਲਾਂ ਹੁੰਦੀਆਂ ਨੇ ਤੁਹਾਨੂੰ ਫੇ ਹੀ ਲੱਗਦਾ ਕਿ ਕਿਸਾਨ ਪੰਜਾਬ ਦੇ ਵਿੱਚ ਵਧੀਆ ਖੇਤੀ ਕਰਦਾ ਵਧੀਆ ਕੁਆਲਿਟੀ ਦਾ ਝੋਨਾ اگਾਰਿਆ ਤੇ ਉਹਦੀ ਰੇਟ ਜਿੰਨਾ ਵਧਣਾ ਚਾਹੀਦਾ ਸੀ ਉਹਨਾਂ ਨਹੀਂ ਵਧਿਆ ਨਹੀਂ ਇਹ ਤਾਂ ਬਿਲਕੁਲ ਵੀ ਕੁਝ ਵੀ ਨਹੀਂ ਹੈਗਾ ਮਤਲਬ ਇਹ ਤਾਂ ਨਾ ਇੱਕ ਇਹਨਾਂ ਨੇ ਸਾਨੂੰ ਇੱਕ ਚੋਣ ਜੁਮਲਾ ਸਮਝੋ ਅਸੀਂ ਤਾਂ ਇਹੀ ਚੋਣ ਜੁਮਲਾ ਸਮਝਾਂਗੇ ਕਿਉਂਕਿ 19 ਦੇ ਵਿੱਚ ਹੁਣ ਦੁਬਾਰੇ ਲੋਕ ਸਭਾ ਦੀ ਚੋਣ ਹੋਣੀ ਹੈ ਤੋ ਉਹਨੂੰ ਮੱਦੇ ਨਜ਼ਰ ਦੇਖਦੇ ਅਸੀਂ 4 ਸਾਲ ਹੋ ਗਏ ਨੇ ਇਹਨਾਂ ਨੂੰ ਪਿੱਟਦੇ ਅਸੀਂ ਧਰਨੇ ਵੀ ਲਾਏ ਨੇ ਆ ਇਹਨਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਨੇ ਪੇ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਇਹ ਤਾਂ ਸਾਡੇ ਵਾਸਤੇ ਚੋਣ ਜੁਮਲਾਈ ਹੈ ਕਿਉਂਕਿ ਇਹ ਤਾਂ ਨੇੜੇ ਤੇੜੇ ਵੀ ਨਹੀਂ ਹੈਗਾ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਹੈ ਉਹਦੇ ਕਿਤੇ ਨੇੜੇ ਤੇੜੇ ਵੀ ਨਹੀਂ ਜਾਂਦਾ ਸਾਡੇ ਹੁਣ ਵਾਲੇ ਖਰਚੇ ਵੀ ਪੂਰੇ ਨਹੀਂ ਕਰਦਾ ਇਹ 200 ਰੁਪਏ ਦਾ ਵਾਅਦਾ ਕਰਕੇ ਅਕਾਲੀ ਦਲ ਵੀ ਆਪਣੀ ਪਿੱਠ ਤਪਾਉਣ ਡਿਆ ਆ ਕਿ ਅਸੀਂ ਕਿਸਾਨਾਂ ਦੇ ਹਤੈਸ਼ੀ ਫੈਸਲੇ ਕੇਂਦਰ ਤੋਂ ਮਨਵਾ ਲੇ ਅਕਾਲੀ ਦਲ ਦੀ ਭੂਮਿਕਾ ਨੂੰ ਕਿਦਾ ਦੇਖੋ ਅਕਾਲੀ ਦਲ ਹੋਵੇ ਭਾਵੇਂ ਭਾਜੀਪੀ ਹੋਏ ਤਾਂ ਪਾਈਵ ਤੇ ਅਕਾਲੀ ਦਲ ਨੂੰ ਵੀ ਇਹ ਸੋਚ ਕੇ ਹੀ ਗੱਲ ਕਰਨੀ ਚਾਹੀਦੀ ਜਿਹੜੀ ਗੱਲ ਕੀਤੀ ਹੈ ਇਹ ਵੀ ਇੱਕ ਆਪਣੀ ਇੱਕ ਕੁਰਸੀ ਪਚਾਣ ਦੀ ਹੈ ਆਪਣੀ ਕੁਰਸੀ ਦੀ ਖਾਤਰ ਇੱਕ ਆਪਣੀ ਚੌਧਰ ਦੀ ਖਾਤਰ ਜਿਹੜਾ ਕਿਸਾਨਾਂ ਦੀ ਪਿੱਠ 'ਤੇ ਛੂਰਾ ਮਾਰਨ ਵਾਲੀ ਗੱਲ ਹੈ ਇਹ ਤਾਂ ਦੇਖੋ ਜੇ ਇਹ ਜਾਣਦੇ ਨੇ ਇਹ ਵੀ ਖੇਤੀ ਕਰਦੇ ਨੇ ਵੀ ਸਾਨੂੰ ਕਿੰਨੇ ਖਰਚੇ ਪੈਂਦੇ ਨੇ ਇਹ ਤਾਂ ਐਵੇਂ ਲੋਕਾਂ ਨੂੰ ਗੁੰਮਰਾਹ ਕਰਕੇ ਸਿਰਫ ਆਪਣੇ ਅੱਗੇ ਕੁਰਸੀ ਹਥਿਆਉਣ ਵਾਸਤੇ ਹੀ ਗੱਲਾਂ ਨੇ ਇਹ ਤਾਂ ਇਹ ਕੁਝ ਵੀ ਨਹੀਂ ਹੈਗਾ ਕਿੰਨਾ ਕ ਅਜ਼ਾਫਾ ਹੋਣਾ ਚਾਹੀਦਾ ਸੀ ਤੁਹਾਡੇ ਹਿਸਾਬ ਦੇ ਨਾਲ ਜੇ ਕਿਸਾਨਾਂ ਦੀ ਅਸੀਂ ਗੱਲ ਕਰੀਏ ਝੋਨੇ ਦੀ ਫਸਲ ਦੇ ਵਿੱਚ ਕਿੰਨਾ ਇਜ਼ਾਫਾ ਦੇਖੋ ਘਟੋ-ਕੱਟੋ ਜੇ ਅਸੀਂ ਮੰਨੀਏ ਜੇ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਈਏ ਆਪਾਂ 67 ਨੂੰ ਆਧਾਰ ਮੰਨ ਕੇ ਤਾਂ ਇਹ ਤੋਂ ਬਿਤੇ ਕਿਤੇ ਗੱਲ ਅੱਗੇ ਜਾਂਦੀ ਆ 5600 ਰੁਪਏ ਕਵਾਂਟਲ ਦੇ ਹਿਸਾਬ ਨਾਲ ਹੋਣਾ ਚਾਹੀਦਾ ਅੱਜ ਜਿਵੇਂ ਅਸੀਂ ਕਹੀਏ ਵੀ 100 ਗੁਣਾ ਹੀ ਵਧਾ ਦਿਓ ਸਾਡਾ 150 200 ਪਾਉਣੇ 200 ਗੁਣੇ 320 ਗੁਣਾ ਤੱਕ ਵੀ ਵਧਿਆ ਨੇ ਕਾਰਪੋਰੇਟ ادارے ਦੀਆਂ ਜਿਹੜੀਆਂ ਜਿਹੜਾ ਆਪਣਾ ਭਾਈਚਾਰਾ ਮੁਲਾਜ਼ਮ ਪਾਈਚਾਰਾ ਉਹਨਾਂ ਦੀ ਇੱਕ ਜੋ 1000 ਰੁਪਏ ਗੁਣਾ ਤੱਕ ਵੀ ਵਧੀਆਂ ਨੇ ਅਸੀਂ ਕਹਿੰਦੇ ਵੀ ਤੁਸੀਂ ਸਾਨੂੰ 100 ਗੁਣਾ ਹੀ ਬਤਾ ਦਿਓ ਜੇ ਆਪਣਾ 67 ਨੂੰ ਆਧਾਰ ਮੰਨ ਕੇ 100 ਗੁਣਾ ਬਤਾ ਦਿਓ ਸਾਡੀ 5600 ਰੁਪਏ ਹੋਣੀ ਚਾਹੀਦੀ ਹੈ ਜੋ ਉਹਨਾਂ 56 ਰੁਪਏ ਰੇਟ ਬੰਨੇ ਅਸੀਂ 1967 ਦੇ ਵਿੱਚ ਤਾਂ ਅੱਜ 5600 ਰੁਪਏ ਹੋਣਾ ਚਾਹੀਦਾ ਜੇ ਘੱਟ ਤੋਂ ਘੱਟ ਵੀ ਮੰਨੀਏ 3000 ਰੁਪਏ ਦੇ ਨਾਲ ਸਾਡੇ ਖਰਚੇ ਪੂਰੇ ਹੁੰਦੇ ਨੇ ਕੀ ਨਾਮ ਜੀ ਤੁਹਾਡਾ ਬਾਬਾ ਛੂਹਣ ਜੈਪਕਸਾ ਮਹਿੰਦਰ ਸਿੰਘ ਪੀਪਲ ਮੰਗੋਲੀ ਕਿਦਾਂ ਦੇਖਦੇ ਆ ਸਰਕਾਰ ਕਹਿੰਦੀ ਵੀ ਅਸੀਂ ਕਿਸਾਨ ਹਤੈਸ਼ੀ ਆ ਅਸੀਂ ਆਪਣਾ ਵਾਅਦਾ ਪੂਰਾ ਕਰ ਰਹੇ ਹਾਂ ਤੇ 200 ਰੁਪਏ ਦਾ ਇਜ਼ਾਫਾ ਕਰ ਦਿੱਤਾ ਇਸ ਇਜ਼ਾਫੇ ਨੂੰ ਕਿਦਾਂ ਦੇਈਏ ਇਹ 4000 ਰੁਪਿਆ ਸਾਰਾ ਬਣਦਾ ਹੈ ਕਿੱਲੇ ਦਾ ਤੇ 4000 ਦੇ ਵਿੱਚੋਂ ਅਸੀਂ ਲਵਾਈ ਲਾਣ ਲੱਗੇ 600 ਰੁਪਿਆ ਵਧ ਦੇ ਬੈਠਿਆ ਭਈਆਂ ਨੂੰ 400 ਰੁਪਿਆ ਸਾਡ ਕੋ ਮਸ਼ੀਨ ਵਧਣ ਵਾਲੇ ਨੇ ਵਧ ਲੈਣਾ ਅਸੀਂ ਪਰਾਲੀ ਨਹੀਂ ਸਾੜਨੀ ਤੇ 400 ਰੁਪਿਆ ਸਾਡਾ ਟੁਹਾਈ ਵਾਲੇ ਤੇ ਪੈ ਜਾਣਾ ਹੈ ਇਹ ਸਾਰਾ ਨਿਕਲ ਕੇ ਇੱਥੇ ਦੇ ਇੱਥੇ ਪੂਰਾ ਆ ਜਾਣਾ 18 ਕੁ 2000 ਰੁਪਿਆ ਜਿਹੇ ਚ ਬਚਿਆ ਬਚਿਆ ਇਸ ਤੋਂ ਪਹਿਲਾਂ ਕਿਸਾਨ ਨੂੰ ਬਚਦਾ ਹੀ ਕੋਈ ਨਹੀਂ ਸੀ ਹੈਗਾ ਜੀ ਇਹ ਕੁਝ ਬਚਿਆ ਵੀ 100 200 ਇਦਾਂ ਕੀ ਬਚੇਗਾ ਕੁਝ ਨਹੀਂ ਬਚਿਆ ਉਹ ਆਪਣੇ ਨੂੰ ਕਹਿ ਰਹੇ ਨੇ ਤੇ ਸਾਡੇ ਇੱਥੇ ਹੀ ਸਰਕਾਰ ਜੋ ਸਾਡੀ ਚਲੀ ਗਈ ਇੱਥੋਂ ਵਧਾਈਆਂ ਵੀ ਦੇ ਰਹੇ ਨੇ ਲੈ ਵੀ ਰਹੇ ਨੇ ਹਰ ਸਿਮਰਤ ਬਾਦਰ ਹਰ 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 ਬਾ ਕਿਸਾਨ ਤੋਂ ਵਧਾਈਆਂ ਲੈ ਰਹੀ ਹੈ ਕੱਲ ਨੂੰ ਵੀ ਕਰ ਰਹੇ ਨੇ ਉਹਦੇ ਸਾਡਾ ਕੋਈ ਕਿਸਾਨ ਛੇਤੀ ਛੇਤੀ ਨਹੀਂ ਜਾਏਗਾ ਉਹਨਾਂ ਆਪੇ ਹੀ ਕਰਨਾ ਹੈ ਆਪ ਹੀ ਉਹ ਕਰ ਲੈ ਜੋ ਕਰਦੇ ਨੇ ਵਧਾਈਆਂ ਦੇ ਲੈਣ ਚਾਹੇ ਲੈ ਲੈਣ ਕਿਸਾਨ ਨੂੰ ਉਹ ਚ ਕੁਝ ਨਹੀਂ ਬਚਿਆ बड़े बड़े पडरते प्रोग्राम मुली किया गया बहुत सारे किसानों ਨੂੰ ਸੱਦਾ ਗਿਆ ਕਹਿੰਦੇ ਬਹੁਤ ਸਾਰੀਆਂ ਗੱਡੀਆਂ ਪਹੁੰਚਣਗੀਆਂ ਬਹੁਤ ਸਾਰੇ ਆਗੂ ਪਹੁੰਚਣਗੇ ਬਹੁਤ ਸਾਰੇ ਕਿਸਾਨ ਉੱਥੇ ਪਹੁੰਚਣਗੇ ਕਿ ਉਹ ਕਿਸਾਨ ਇਸ ਚੀਜ਼ ਨਾਲ ਇਤفاق ਨਹੀਂ ਰੱਖਦੇ ਕਿ ਇਹ ਜਿਹੜਾ ਵਾਅਦਾ ਕੀਤਾ ਗਿਆ ਹੈ ਬਹੁਤ ਘੱਟ ਹੈ ਇਹ ਸਵੀਕਾਰ ਕਰਨ ਯੋਗ ਵਾਅਦਾ ਨਹੀਂ ਹੈ ਕਿਉਂ ਕਿਸਾਨ ਇਸ ਰੈਲੀ ਦੇ ਵਿੱਚ ਪਹੁੰਚਣਗੇ ਕਿਸਾਨ ਬੱਜੇ ਜਾਣਗੇ ਇੱਕ ਦੂਜੇ ਨਾਲ ਲੱਗੇ ਹੋਏ ਜੋ ਜੁੜੇ ਹੋਏ ਨੇ ਜਾਂ ਗੱਡੀਆਂ ਆ ਜਾਣਗੀਆਂ ਰਪਈਆ ਤੇ ਉਹਨਾਂ ਦੇ ਲੱਗਣਾ ਰੋਟੀਆਂ ਉਹ ਜਿਹੜੀਆਂ ਗੁਰਦੁਆਰੇ ਤੋਂ ਆ ਜਾਣੀਆਂ ਨੇ ਉੱਥੇ ਸਾਰਿਆਂ ਖਾ ਕੇ ਆਪਾਂ ਨੂੰ ਟੁੱਟ ਜਾਣਾ ਸਰਕਾਰ ਦਾ ਧੰਨਵਾਦ ਕਰਕੇ ਚਲੇ ਜਾਣਾ ਬਸ ਹੋਰ ਉੱਥੇ ਮਿਲਣਾ ਕੁਝ ਨਹੀਂ ਸਵਾਦ ਤੇ ਤਾਂ ਜੇ ਕੱਲ ਨੂੰ ਆਮੜਾ ਮੋਦੀ ਸਾਹਿਬ ਨੇ ਕੋਈ ਨਵਾਂ ਐਲਾਨ ਕਰਕੇ ਜਾਏ ਪੰਜਾਬ ਵਾਸਤੇ ਫੇ ਤੇ ਮੰਨਾਂਗੇ ਕਿਸਾਨ ਨਹੀਂ ਤੇ ਕਿਸਾਨ ਦੀ ਉਹੀ ਹਾਲਤ ਹੈ ਜੋ ਪਹਿਲਾਂ ਐਸ ਕੀ ਨਾਮ ਦੀ ਟੋਟੇ ਕਿਰਾਨਾ ਗੁਰਜੀਤ ਸਿੰਘ ਪਿੰਡ ਸਰਾਲਾ ਖੁਰਦ ਜਾਨੂ ਸਖਤਰ ਵੀ ਕੇ ਜੂ ਰਾਜਾ ਗੁਰਜੀਤ ਜੀ ਕਿੱਦਾਂ ਦੇਖਦੇ ਹੋ ਤੁਸੀਂ ਧੰਨਵਾਦ ਕਰਦੇ ਹਰਦੀਪ ਜੀ ਜਸਕੇਂਦਰ ਦਾ ਤੁਸੀਂ ਇਹ ਚੈਨਲ ਦਾ ਤੁਸੀਂ ਇੱਥੇ ਆਏ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਤੁਸੀਂ ਆਵਾਜ਼ ਬੁਲੰਦ ਕਰੀਏ ਜੇ ਅਸੀਂ ਗੱਲ ਕਰੀਏ ਕਿੱਦਾਂ ਦੇਖਦੇ ਕੱਲੂ ਰੈਲੀ ਕੀਤੀ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ ਬਹੁਤ ਸਾਰੇ ਕਿਸਾਨ ਵੀ ਉੱਥੇ ਪਹੁੰਚਣਗੇ ਤੁਹਾਨੂੰ ਨਹੀਂ ਲੱਗਦਾ ਜੇ ਇਹ 200 ਰੁਪਏ ਦਾ ਵਾਧਾ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ ਤਾਂ ਕਿਸਾਨਾਂ ਨੂੰ ਅਜਿਹੀਆਂ ਰੈਲੀਆਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਇਹ ਤਾਂ ਜੀ ਕਈ ਕਿਸਾਨ ਮਜਬੂਰੀ ਦੇ ਬੰਦੇਵੇਂ ਹੁੰਨੇ ਆ ਮਜਬੂਰੀ ਕਾਰਨ ਕਈ ੱਟਕੇ ਨਾਲ ੱਟਕੇ ਨਾਲ ਵੀ ਲਿਜਾਇਆ ਜਾਂਦੇ ਆ ਹੁਣ ਕਿਸੇ ਦੇ ਘਰ ਦੇ ਅੱਗੇ ਆ ਕੇ ਗੱਡੀ ਖੜ ਗਈ ਉਨੇ ਕਹਣਾ ਚੱਲੇ ਯਾਰ ਫਰੀ ਜਾਣਾ ਹੈ ਫਰੀ ਆਉਣੇ ਜਾਏ ਆਉਣੇ ਚੱਲ ਤਮਾਸ਼ਾ ਹੀ ਸਹੀ ਤਮਾਸ਼ਾ ਦੇਖ ਆਉਣੇ ਆ ਅਗਰ ਜੇ ਕੁਛ ਕਰਨ ਜੇ ਵੱਡਾ ਕੋਈ ਐਲਾਨ ਕਰਨ ਚੰਗਾ ਕੰਮ ਕਰਨ ਕਹਿਣ ਦੀ ਕਿਸੇ ਨੂੰ ਲੋੜ ਨਹੀਂ ਆਪਣੇ ਆਪ ਰੈਲੀਆਂ 'ਚ ਲੋਕ ਭੱਜੇ ਜਾਣਗੇ ਕਿਸਾਨ ਆਪੇ ਆਪ ਭੱਜੇ ਜਾਣਗੇ ਹੋਰ ਨੂੰ ਵੀ ਕਹਿਣਗੇ ਚਾਰ ਨੂੰ ਜੇ ਕੋਈ ਵੱਡਾ ਕੰਮ ਕਰਨ ਕਿਸਾਨਾਂ ਵਾਸਤੇ ਇਹ ਚੰਗਾ ਕੰਮ ਕਰਨ ਕਿਸਾਨ ਆਪ ਭੱਜੇ ਜਾਣਗੇ ਰੈਲੀਆਂ 'ਚ ਇਹਨੂੰ ਕਹਿਣ ਦੀ ਲੋੜ ਨਹੀਂ ਇਹਨਾਂ ਨੂੰ ਗੱਡੀਆਂ ਭੇਜਣ ਦੀ ਲੋੜ ਨਹੀਂ ਕੁਛ ਕਰਨ ਦੀ ਲੋੜ ਨਹੀਂ 200 ਰੁਪਏ ਦੇ ਇਜ਼ਾਫੇ ਨੂੰ ਤੁਸੀਂ ਕਿੱਦਾਂ ਦੇ ਇਹ ਤਾਂ ਜੀ ਇੱਕ ਫੋਕੀ ਉਹ ਛੱਡੀ ਆ ਇੱਕ ਪ੍ਰਧਾਨ ਮੰਤਰੀ ਨੇ ਖੜ ਕੇ ਪਾਰਲੀਮੈਂਟ ਦੇ ਵਿੱਚ ਉੱਥੇ ਖੜ ਕੇ ਐਲਾਨ ਕੀਤਾ ਹੈ 200 200 ਰੁਪਏ ਝੋਨੇ ਦਾ ਅਸੀਂ ਰੇਟ ਬਣ ਰਹੇ ਆਂ ਦੇਖੋ ਇਹ ਸਿਰਫ ਮੋਟੀ ਦਾ ਗੋਗਾ ਗਾਈ ਜਾਂਦੇ ਆਂ ਪਹਿਲਾਂ ਵੀ 1550 ਤਾਂ ਅਸੀਂ 1750 ਕਰਤਾ ਆ ਜਿਹੜੀ ਦੂਜੀ ਬਰੀਕ ਜੀਰੀ ਹੈ ਜਿਹੜੀ ਪੀਆਰ ਹੈ ਉਹ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਵੱਧ ਲਾਈ ਜਾਂਦੀ ਹੈ ਹੋਰ ਸੂਬਿਆਂ 'ਚ ਮੋਟੀ ਜੀਰੀ ਲਾਈ ਜਾਂਦੀ ਹੈ ਜੈ ਕਹਿੰਦੇ ਆ ਜਿਹਨੂੰ ਆਈਆਰ ਅੱਟ ਕਹਿੰਦੇ ਆ ਇਹ ਦੇਖੋ ਇਹ ਕੋਈ ਵੀ ਨਹੀਂ ਕਹਿੰਦਾ ਹੈ ਵੀ ਉਸ ਦਾ ਵੀ 200 ਰੁਪਏ ਰੇਟ ਬਣ ਤਾ ਇਹ ਤਾਂ ਗੋਗਾ ਗਾਈ ਜਾਂਦੇ ਮੋਟੀ ਦਾ ਅਸੀਂ ਜੀ ਉੱਤੇ ਲੈ ਕੇ 1550 ਤੋਂ 1750 ਕਰਦਾ ਲੇਕਿਨ ਉਹ 1590 ਰੁਪਏ ਦੀ ਉਹਨੂੰ ਕੋਈ ਨਹੀਂ ਕਹਿੰਦਾ 1790 ਕਰਤੀ ਅਸੀਂ ਇਹ ਸਿਰਫ ਡਰਾਮੇਬਾਜੀ ਹੈ ਇੱਕ ਕਿਸਾਨ ਗੱਲ ਧੋਖਾ ਕਰਿਆ ਜਾਂਦਾ ਐਡੇ ਵੱਡੇ ਪ੍ਰਧਾਨ ਮੰਤਰੀ ਦੇ ਮੂੰਹੋਂ ਇਹ ਗੱਲ ਬਿਲਕੁਲ ਨਹੀਂ ਚੱਲਦੀ ਹੈਗੀ ਕੀ ਨਾਮ ਜੀ ਤੁਹਾਡਾ ਕੁਪਿੰਦਰ ਸਿੰਘ ਜੀ ਕੁਪਿੰਦਰ ਜੀ ਕਿੱਦਾਂ ਦੇਖਦੇ ਹੋ ਕੱਲੂ ਰੈਲੀ ਕੀਤੀ ਜਾ ਰਹੀ ਆ ਇਹ ਦਾਅਵੇ ਕੀਤੇ ਜਾ ਰਹੇ ਵੀ ਅਸੀਂ ਕਿਸਾਨ ਹਤਾਸ਼ੀ ਫੈਸਲੇ ਲੈ ਰਹੇ ਆ ਤੇ ਕਿਸਾਨ ਦੇ ਹੱਕ ਦੀ ਗੱਲ ਕਰ ਰਹੇ ਆ 200 ਰੁਪਏ ਵਧਾਤਾ ਇਸ 200 ਰੁਪਏ ਨਾਲ ਤੁਸੀਂ ਖੁਸ਼ ਹੋ ਕਿ ਨਹੀਂ ਕੋਈ ਰੈਲੀਆਂ ਹਰਦੀਪ ਜੀ ਹਰ ਇੱਕ ਸਰਕਾਰ ਕਰਦੀਆਂ ਵੱਡੀਆਂ-ਵੱਡੀਆਂ ਵਾਅਦੇ ਕਰਦੇ ਆ ਇਹ ਹੁੰਦਾ ਕੁਛ ਨਹੀਂ ਉਹ ੱਛ ੱੱਕੇ ਖਾਣੇ ਆ ਲੋਕ ਪਿੱਛੇ ਹਰਿਆਣੇ ਚੰਮ ਦੀ ਸ਼ਾਹ ਜੀ ਆਏ ਸੀ ਉਹ ਵੀ ੱੱਕੇ ਖਾ ਕੇ ਚਲੇ ਗਏ ਇਹਨਾਂ ਨੇ ਵੀ ੱੱਕੇ ਖਾ ਕੇ ਚਲੇ ਜਾਣਾ ਜ਼ਿਮੀਂਦਾਰ ਦੇ ਪੱਲੇ ਕੁਛ ਨਹੀਂ ਪੈਣਾ ਕਿਸਾਨਾਂ ਨੂੰ 200 ਰੁਪਏ ਦਾ ਇਜ਼ਾਫਾ ਕਿਦਾਂ ਲੱਗ ਰਿਹਾ ਦੇਖਦੇ ਆ ਕੀ ਨਾਮ ਜੀ ਤੁਹਾਡਾ ਕੈਸੇ ਤੁਹਾਡਾ ਬਾਬਾ ਜੀ ਕਿਦਾਂ ਦੇਖਦੇ ਹੋ ਸਰਕਾਰ ਕਹਿੰਦੀ ਵੀ ਅਸੀਂ 200 ਰੁਪਏ ਦਾ ਇਜ਼ਾਫਾ ਕਰਤਾ ਸੀ ਕਿਸਾਨ ਹਤਾਸ਼ੀ ਫੈਸਲਾ ਲੈ ਲਿਆ ਕਿਦਾਂ ਦੇਖਦੇ ਸੀ ਇਹ ਬਿਲਕੁਲ ਡਰਾਮਾਬਾਜ਼ੀ ਸੀ ਕੁਛ ਵੀ ਨਹੀਂ ਬਣਦਾ ਕਿਸਾਨਾਂ ਨੇ ਇਹਨਾਂ ਗੱਲਾਂ ਲੈ ਕੇ ਪਿੱਛੇ ਸਾਰਿਆਂ ਸੂਬਿਆਂ ਦੀ ਰੈਲੀ ਹੋਈ ਹੈ ਜਿਹੜੇ ਮੋਨ ਨਾਕੇ ਲਾਇਏ ਨੇ ਦੁੱਧ ਚਾਰਾ ਸਬਜ਼ੀ ਧੱਕਿਆ ਉਹਨੇ ਚੁੱਤ ਇੱਕ ਗੱਲ ਵੀ ਨਹੀਂ ਇਹ ਤੇ ਚਾਹੀ ਗੱਲ ਸੁਣੋ ਇੱਕ ਦੇ ਸੀ ਉਹਦੇ ਚ ਭਈ ਕਰਜ਼ਾ ਜਿਹੜਾ ਸਾਨੂੰ ਕਸਟ ਰੇਡ ਤੇ ਨਾਲ ਲੁੱਟਿਆ ਉਹ ਮਾਫ਼ ਕੀਤਾ ਜਾਏ ਦੂਜੀ ਗੱਲ ਇਹ ਸੀ ਜਿਹੜਾ ਫੋਰ ਕਲਾਸ ਮੁਲਾਜ਼ਮ ਹੈ ਜੋ ਉਹਦੀ ਰਿਟਾਇਰ ਮਿਰਦੇ ਪੈਨਸ਼ਨ ਹੈ ਉਹ ਇੱਕ ਜਸ ਕਿਸਾਨ ਨੇ ਦੇਖਦਾ ਛੱਡ ਭਰਿਆ ਉਹਦੀ ਠੋਗੜ ਵੀ 10000 ਪੈਨਸ਼ਨ ਹੋਣੀ ਚਾਹੀਦੀ ਤੀਜਾ ਇਹ ਤੇ ਐਸੀ ਵੀ ਸਾਰੇ ਖਰਚੇ ਗਿਣ ਕੇ 90% ਜੋ ਸਵਮੀਨ ਦਾ ਰਿਪੋਰਟ ਸੀ ਉਹ ਲਾਗੂ ਕੀਤੀ ਜਾਂ ਤਾਂ ਕਿਸਾਨ ਬਚੇਗਾ ਹਰਿਆਣੇ ਦੇ ਕਿਸਾਨ ਹੀ ਖੁਦਕਿਸ਼ੀ ਕਰਿਆ ਪੰਜਾਬ ਵਿੱਚ ਪੰਜ ਪੰਜ ਕਿਸਾਨ ਰੋਜ਼ ਕਰ ਰਹੇ ਨੇ ਜੇ ਇਹ ਕੁਝ ਦਿੰਦੇ ਹੁੰਦੇ ਕਿਸਾਨ ਖੁਦਕਿਸ਼ੀ ਕਿਉਂ ਕਰਦੇ ਸਾਰੇ ਕਿਸਾਨਾਂ ਨੂੰ ਪਾ ਗੱਲ ਦਾ ਹੀ ਨਹੀਂ ਪਤਾ ਸਾਡੇ ਨਾਲ ਹੋ ਕੀ ਰਿਹਾ ਹੈ ਕਿਸਾਨ ਤੇ ਆਮ ਵਿਚਾਰਾ ਘਰੋਂ ਗਿਆ ਬੰਨੇ ਬੰਨੇ ਆ ਗਿਆ ਥੋੜੇ ਬੰਦੇ ਨੇ ਜਿਹੜੇ ਗੱਲ ਸਮਝੇ ਨਾਲ ਸਾਰੇ ਬੰਦੇ ਨਹੀਂ ਸਮਝੇ ਨਾਲ ਸਾਰੇ ਜੇ ਸਮਝਦੇ ਹੁੰਦੇ ਅਜ ਰਾਜ ਕਿਸਾਨ ਦਾ ਹੁੰਦਾ ਕਿਉਂ ਬਹੁਤ ਸੰਪਤੀ ਕਿਸਾਨ ਦੀ ਹੈ ਰਾਜ ਉਹ ਕਰਨ ਤਰਕੜੀ ਤੁਰਨ ਵਾਲੇ ਜਿੰਨਾ ਕਦੀ ਧੀਰੀ ਲਾਈ ਨਹੀਂ ਕ ਜੀਰੀ ਗੋਡੀ ਨਹੀਂ ਕਣ ਕ ਵੱਡੀ ਨਹੀਂ ਇਹਨਾਂ ਨੂੰ ਕੀ ਪਤਾ ਕੀ ਖਰਚਾ ਹੁੰਦਾ ਜਿਹੜਾ ਕਹਿੰਦਾ ਸੀ ਬਾਹਰੋਂ ਪੈਸਾ ਲਾਏਗਾ ਉਹ ਰਾਮਦੇਵ ਵੀ ਕਹਿੰਦਾ ਸੀ ਜੇ ਸੁਤਨ ਪਾ ਗਿਆ ਕਿ ਦਿੱਲੀ ਤੋਂ ਉਹ ਆਇਆ ਬਾਹਰੋਂ ਪੈਸਾ ਕਰਿਆ ਹੈ ਇਹ ਅਸੀਂ ਸੁਮੇਂ ਨਾਦ ਦੀ ਰੋਡ ਮੈਂ ਲਾਗੂ ਕਰਾਂਗਾ ਇੱਕ ਪ੍ਰਧਾਨ ਮੰਤਰੀ ਜ਼ਿੰਮੇਵਾਰ ਬੰਦਾ ਹੁੰਦਾ ਉਹਨੇ ਸੁਮੇਂ ਨਾਦ ਦੀ ਰੋਡ ਲਾਗੂ ਕੀਤੀ ਇਹ ਤੇ ਨਿਰੇ ਝੂਠੇ ਨੇ ਜਿਹੜਾ ਬੰਦਾ 10 ਨਾਲ ਝੂਠ ਬੋਲ ਸਕੇ ਉਹਦਾ ਕੌਣ ਧਮਾਰ ਕਰਦਾ ਹੈ ਜੇ ਅਸੀਂ ਗੱਲ ਕਰੀਏ ਵਾਦੇ ਹਮੇਸ਼ਾ ਹੁੰਦੇ ਨੇ ਹਰ ਇੱਕ ਵਾਰੀ ਕਹਿ ਦਿੰਦੀਆਂ ਸਰਕਾਰਾਂ ਵੀ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਲਵਾਵਾਂਗੇ ਫਿਰ ਲੈਂਦੀਆਂ ਨਹੀਂ ਤੇ ਕਿਸਾਨ ਫਿਰ ਉਹਨਾਂ ਨੂੰ ਵੋਟ ਪਾਉਂਦਾ ਕਿਸਾਨਾਂ ਨੂੰ ਬਾਈਕਾਟ ਨਹੀਂ ਕਰ ਦੇਣਾ ਚਾਹੀਦਾ ਇਦਾਂ ਦੇ ਲੋਕਾਂ ਨੂੰ ਭਾਜੀ ਗੱਲ ਇਸ ਤਰ੍ਹਾਂ ਹੈ ਜਿਹੜਿਆ ਬੰਦਿਆਂ ਨੂੰ ਸਮਝ ਆਈ ਉਹਨਾਂ ਵੋਟ ਨਹੀਂ ਪਾਏ ਕਾਰਨ ਕੀ ਹੈ ਸਾਰਿਆਂ ਬੰਦਿਆਂ ਨੂੰ ਇਸ ਲੜਾਈ ਦਾ ਪਤਾ ਨਹੀਂ ਕੁਝ ਲੋਕ ਬੰਦਿਆਂ ਨਾਲ ਜੁੜੇ ਨੇ ਜਿਵੇਂ ਤੂੰ ਮੇਰਾ ਕੰਮ ਕਰ ਦਿੱਤਾ ਤੂੰ ਮੈਨੂੰ ਜਿਹੜਾ ਕਹਦਾ ਮੈਂ ਤੇਰੇ ਨਾਲ ਲੱਗ ਗਿਆ ਇਹ ਨਹੀਂ ਪਤਾ ਕਰਨ ਦਾ ਮੇਰਾ ਨੁਕਸਾਨ ਹੈ ਕਿ ਫਾਇਦਾ ਇਸ ਗੱਲ ਦਾ ਥੋੜ੍ਹਾ ਬੰਦਿਆਂ ਨੂੰ ਪਤਾ ਹੈ ਕਿ ਜਿਹੜਾ ਇਹ ਕਿਸਾਨਾਂ ਸਾਰਿਆਂ ਨੂੰ ਪਤਾ ਲੱਗ ਜਾਏ ਫਿਰ ਸਾਨੂੰ ਲੜਾਈ ਬੜੀ ਸੂਖੀ ਹੋ ਜਾਏ ਕਿਸਾਨਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕਿਸਾਨਾਂ ਦੇ ਹੱਕ ਦੀਆਂ ਕਿਹੜੀਆਂ ਚੀਜ਼ਾਂ ਨੇ ਕਿਸਾਨਾਂ ਦੇ ਵਿਰੋਧ ਚ ਕਿਹੜੀਆਂ ਚੀਜ਼ਾਂ ਨੇ ਕੀ ਨਾਮ ਜੀ ਤੁਹਾਡਾ ਸਰਵਿੰਦਰ ਸਿੰਘ ਜੀ ਕਿੱਦਾਂ ਦੇਖਦੇ ਹੋ ਜਨਾਬ ਸਰਕਾਰ ਕਹਿੰਦੀ ਹੈ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲੈ ਕੇ 200 ਰੁਪਏ ਦਾ ਇਜ਼ਾਫਾ ਕਰਤਾ ਇਸ ਇਜ਼ਾਫੇ ਨੂੰ ਤੁਸੀਂ ਕਿੱਦਾਂ ਦੇਖਦੇ ਇਹ ਤਾਂ ਬਿਲਕੁਲ ਧੋਖਾ ਕਰਾ ਰਿਹਾ ਜੀ ਹਾਂ ਜੀ ਇਹਨਾਂ ਨੇ ਪਤਾ ਕਿ ਇਹ ਸਾਰਾ ਇਹ ਵੋਟਾਂ ਦੇ ਮਸਲੇ ਆ ਜੀ ਹੁਣ ਇਲੈਕਸ਼ਨ ਆ ਗਈ ਉਹ ਮੱਕੀ ਵਿਗਲੀ, ਦਾਲਾਂ ਵਿਗਲੀਆਂ, ਸ਼ਾਰਾਹੂ ਤਾਂ ਵਿਗਲਿਆ ਜੀ। ਜਿਹੜਾ 20 ਰੁਪਏ ਦੇ ਕੇ ਉਹ ਵੀ ਨਾ 20-30 ਕਰੋੜ ਦਾ ਅਗੜਾ ਲਾਦਾ ਜ਼ਿਮੀਂਦਾਰਾਂ ਨੇ ਉਹ ਵੀ ਨਾ ਉਹਨਾਂ ਨੂੰ ਮਿਲਿਆ। ਹੁਣ ਝੋਨਾ ਝੋਨਾ ਰਹਿਗਾ, ਝੋਨਾ ਕੀ ਲੱਗਣ ਦਾ ਹੀ ਟਾਈਮ ਤੇ ਆ ਗਿਆ। ਹੁਣ ਲੱਗਣਦਿਆਂ ਦੇ ਸਾਡਾ ਡੀਜ਼ਲ ਦਾ ਬੋਫਕ ਦਾ ਡੀਜ਼ਲ ਦਾ ਬੋ ਨੁਕਸਾਨ ਦਾ 40 ਜਿਹੜਾ ਬਾਦ ਬੁਕ ਦੇ ਡੀਜ਼ਲੀ ਉਹ ਵੀ ਉਦੋਂ ਵਧਦਾ ਸਾਡਾ ਖਰਚਾ ਵਧਦਾ ਹੁੰਦਾ ਜੀ। 200 ਰੁਪਏ ਦਾ ਸਾਡਾ ਕੁਝ ਵੀ ਨਹੀਂ ਹੁੰਦਾ ਜੀ। ਇਹ ਤਾਂ ਇਹਨਾਂ ਨੇ ਸਾਰਾ ਇਲੈਕਸ਼ਨ ਆ ਗਈ ਹੁਣ। ਵੋਟਾਂ ਕਰਕੇ ਦੇ ਦਿਓ ਜ਼ਿਮੀਂਦਾਰ ਪਰੋਤਾ ਸਾਡੀ ਇਹਨਾਂ ਲੋਕੇਸ਼ਨ 'ਚ ਮਿਰਚ ਕਹਿੰਦੇ ਮੰਡੀਆਂ 'ਚ ਵੀ ਕੋ ਉਹ ਨਹੀਂ ਵਿਕਦੀ ਸਾਡੀ ਹਾਂ ਜੀ ਜੇ ਅਸੀਂ ਗੱਲ ਕਰੀਏ ਸਰਕਾਰ ਨੇ ਵਾਅਦਾ ਕੀਤਾ ਸੀ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ 4 ਸਵਾ 4 ਸਾਲ ਦਾ ਸਮਾਂ ਬੀਤ ਚੁੱਕਾ ਹੁਣ ਆਣ ਕੇ 200 ਰੁਪਏ ਦਾ ਇਜ਼ਾਫਾ ਕਰਕੇ ਪਰਮਾਉਣ ਦੀ ਕੋਸ਼ਿਸ਼ ਤੁਹਾਡੇ ਮੁਤਾਬਕ ਹੋ ਰਹੀ ਹੈ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਨੂੰ ਕਿੱਦਾਂ ਦੇ ਦੇਵੀ ਮੋਦੀ ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਦੇ ਉੱਪਰ ਅਹਿਸਾਨ ਜਿਤਾਉਣਾ ਆ ਰਹੀ ਹੈ ਵੀ ਅਸੀਂ 200 ਵਾਅਦਾ ਕਰਤਾ ਹਾਂ ਜੀ ਇਹ ਤਾਂ ਬਿਲਕੁਲ ਸੰਤਦਨ ਰਹੀ ਹੈ ਜੀ ਕੋਈ ਸਾਡੇ ਨਾਲ ਬੱਦ ਬੁੱਦ ਸਾਨੂੰ ਕੁਝ ਨਹੀਂ ਇਹਨਾਂ ਨੂੰ 200 ਰੁਪਏ ਸਾਨੂੰ ਕੀ ਮੰਦਾ ਜੀ ਹਾਂਜੀ ਜੇ ਇਹ 200 ਰੁਪਏ ਵਾਧਾ ਹੁੰਦਾ ਵੀ ਕਿਸਾਨ ਕਿਉ ਮਰਦਾ ਹੀ ਅੱਜ ਕਿੰਨਾ ਕਿੰਨਾ ਇਜ਼ਾਫਾ ਤੁਹਾਡੇ ਹਿਸਾਬ ਨਾਲ ਹੋਣਾ ਚਾਹੀਦਾ ਸੀ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਲਾਹੇਵੰਦ ਭਾਅ ਮਿਲੇ ਹਾਂਜੀ ਸਾਡ ਨੂੰ ਜੇ ਹੁਣ ਤੁਸੀਂ ਜੇ 50% ਦਾ ਜੇ ਤਾਂ ਵੀ ਸਾਡਾ ਬਹੁਤ ਬਣਦਾ ਜੀ 60% ਤੋਂ 200 ਬਣਦਾ ਜੀ ਯਾਨੀ ਕਿ ਇਹ ਸੁਆਮੀ ਨਾਨਥਨ ਰਿਪੋਰਟ ਦੇ ਮੁਤਾਬਕ ਦਿੱਤਾ ਜਾਵੇ ਫਿਰ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹਾਂਜੀ ਫਿਰ ਫਾਇਦਾ ਹੋ ਸਕਦਾ ਹੈ ਕਿੰਨਾ ਜੀ ਰੋਡ ਸਿਚਾ ਸਿੰਘ ਹੈ ਜੀ ਕਿੱਦਾਂ ਦੇਖਦੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਸਰਕਾਰ ਨਹੀਂ ਲੈ ਰਹੀ ਲਗਾਤਾਰ ਵਿਰੋਧ ਸਰਕਾਰ ਦੇ ਖਿਲਾਫ ਕਿਸਾਨ ਕਰ ਰਹੇ ਨੇ ਪਰ ਹਾਲੇ ਤੱਕ ਕੋਈ ਅਜਿਹਾ ਫੈਸਲਾ ਨਹੀਂ ਹੋਇਆ ਜਿਹੜਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਲਈ ਲਿਆ ਗਿਆ ਹੋਵੇ ਆ 200 ਰੁਪਏ ਦਾ ਇਜ਼ਾਫਾ ਕੀਤਾ ਗਿਆ ਕਿਦਾਂ ਦੇਖਦੇ ਹਾਂ ਸਰਕਾਰ ਦੇ ਰਵੱਈਏ ਨੂੰ ਇਸ ਨਾ ਜੀ ਉਹ ਤਾਂ ਰਵੱਈਆ ਬਹੁਤ ਗਲਤ ਹੈ ਕੋਈ ਵੀ ਫੈਸਲਾ ਕਿਸਾਨਾਂ ਦੇ ਹੱਕ ਮੰਨਿਆ ਜਾਂਦਾ ਸਭ ਕਿਸਾਨਾਂ ਦੇ ਵਰਕਲਾਵ ਜਾਂ ਘੱਮਤੇ ਘੱਮ 6500 7000 ਦੇ ਗੇੜ ਮਜ਼ਦਿਰੀ ਵਾਰਾ ਖਾ ਇਹ ਜਦ ਕਿਸਾਨ ਬਚਾ ਨਹੀਂ ਕਿਸਾਨ ਤੋਂ ਵਰਦੀ ਨਹੀਂ ਜਦੀ ਖੁਦਕੁਸ਼ੀਆਂਗੇ ਰਾਹ ਚੱਲ ਰਹੇ ਨੇ ਹੋਰੋਂ ਕਿਸੇ ਨੂੰ ਚਾਉ ਥੋੜੀ ਖੁਦਕੁਸ਼ੀ ਕਰਨੇਗਾ ਕਮਜ਼ੋਰੀ ਕੇ ਮਾਰੇ ਫਸਲ ਕਾ ਕੁਝ ਵੜਦਾ ਨਹੀਂ ਹੈ ਆਪੇ ਖੁਦਕੁਸ਼ੀਆਂ ਕਰਾਂ ਬਾਕੀ ਸਰਕਾਰ ਨੂੰ ਜੇ ਕਿਸਾਨ ਬਚਾਣਾ ਤੋਂ 6-7000 ਕੇ ਗੇੜਵਾ ਚੋਣਾ ਹੋਣਾ ਚਾਹੀਦਾ ਕਣਕ ਵੀ ਇਹ ਆਪਾਂ ਮਾੜੀ ਜੀ ਇੱਕ ਉਹ ਵੀ ਗੱਲ ਕਰਨੀ ਵੀ ਕਿੰਨਾ ਇਜ਼ਾਫਾ ਕਿੰਨੀਆਂ ਲਾਗਤਾਂ ਵਧ ਚੁਕੀਆਂ ਨੇ ਕਿਸਾਨਾਂ ਦੀਆਂ ਕਿੰਨੀ ਮਹਿੰਗਾਈ ਹੋ ਚੁੱਕੀ ਆ ਕਿੰਨੀਆਂ ਤੁਹਾਡੇ ਹਿਸਾਬ ਦੇ ਨਾਲ ਹੁਣ ਲਾਗਤ ਅਗੇ ਨਾਲ ਵਾ ਚੁੱਕੀ ਹੈ ਹਾਂਜੀ ਲਾਗਤ ਤੋਂ ਬਹੁਤ ਵਾਰ ਕੀ ਪਿਆ ਮਜ਼ਦੂਰੀਓ ਦੇਖ ਲਿਓ ਮਜ਼ਦੂਰੀ ਗਈ ਪੱਤ ਨਹੀਂ ਐ ਮਜ਼ਦੂਰੀ 2 ਗੁਣਾ ਹੋ ਗਈ ਹੁਣ 2 ਸਾਲਾਂ ਵਿੱਚ ਇਸ ਕੀ ਸੋਚੋ ਨਿਗਲਵਾਈ ਕੀ ਬਾਕੀ ਹੋਰ ਦੇ ਲੋ ਡੀਜ਼ਲ ਆ ਆ ਆ ਸਾਲ ਬਣਾ 14 15 ਅਰਬੀਤ ਹੋਈ ਵੀ ਵਧ ਗਿਆ ਇਸੀ ਕੇ ਰਾਜਮ ਕੀ ਨਾਮ ਚ ਗਰਮੀਤ ਸਿੰਘ ਜੀ ਕਿੱਦਾਂ ਦੇਖਦੇ ਹੋ ਸਰਕਾਰ ਨੇ 200 ਦਾ ਵਾਅਦਾ ਕੀਤਾ ਤੁਸੀਂ ਇਸ ਵਾਅਦੇ ਨੂੰ ਸਵੀਕਾਰ ਕਰਦੇ ਹੋ ਜਾਂ ਨਹੀਂ ਕਰਦੇ ਨਹੀਂ ਜੀ ਅਸੀਂ ਨਹੀਂ ਸਵੀਕਾਰ ਕਰਦੇ ਕੀ ਕਹਿਣਾ ਚਾਹੋਗੇ ਸਰਕਾਰ ਦੇ ਇਸ ਵਾਅਦੇ ਨੂੰ ਕਿੱਦਾਂ ਦੇਖਦੇ ਇਹ ਤਾਂ ਜੀ ਬਿਲਕੁਲ ਧੋਖਾ ਕਰਿਆ ਜੀ ਇਹਨਾਂ ਨੇ ਇਹਨਾਂ ਨੇ ਜੀ ਲਾਰਾ ਲਾਇਆ ਜੀ ਇਹ ਤੋਂ ਇਹਨਾਂ ਨੇ ਜੀ ਵੋਟਾਂ ਲੈਣੇ ਕਾਰਨ ਇਹਨਾਂ ਨੇ ਇੱਕ ਲਾਰਾ ਲਾ ਕੇ ਵੀ 200 ਰੁਪਏ ਜ਼ਿੰਮੇਦਾਰਾਂ ਨੂੰ ਲੱਲਾ ਦਿਆ ਵੀ ਸਾਡਾ ਸਾਡੀ ਸਰਕਾਰ ਵੀ ਬਣ ਜੇ ਅਗਲੀ ਵਾਰ ਵੀ ਕਾਮਯਾਬ ਹੋ ਜੇ ਵੀ ਅਸੀਂ ਇਸਤਰੀ ਇਹਨਾਂ ਨੂੰ ਲਾਰੇ ਲਾ ਕੇ ਨਚੋੜੀ ਜਾਏ ਜ਼ਿੰਮੇਦਾਰ ਬਹੁਤ ਥੱਲੇ ਜਾ ਰਿਹਾ ਹੈ ਵੀ ਜ਼ਿੰਮੇਦਾਰ ਐ ਇਸੇ ਬਹੁਤ ਘਟਾ ਪੈ ਰਿਹਾ ਵੀ ਕੁਲਮਲਾ ਕੇ ਦੇਖਿਆ ਜਾਵੇ ਵਾਅਦੇ ਕੀਤੇ ਗਏ ਵਾਅਦੇ ਵਫਾ ਨਹੀਂ ਹੋਏ ਕਿਸਾਨਾਂ ਦੇ ਨਾਲ ਗੱਲ ਕੀਤੀ ਅਸੀਂ ਹਰ ਕਿਸਾਨ ਦਾ ਇਹੀ ਕਹਿਣਾ ਕਿ 200 ਰੁਪਏ ਦਾ ਇਜ਼ਾਫਾ ਜਿਹੜਾ ਕੀਤਾ ਗਿਆ ਉਹਨੂੰ ਇਹ ਸਵੀਕਾਰ ਨਹੀਂ ਕਰਦੇ ਅਤੇ ਸਰਕਾਰ ਨੇ ਜਿਹੜੀ ਕੱਲੂ ਰੈਲੀ ਕਰਨੀ ਆ ਮਲੋੜ ਦੇ ਵਿੱਚ ਉਹਦਾ ਵੀ ਇਹ ਵਿਰੋਧ ਕਰਦੇ ਨੇ ਉਹਦੇ ਵਿੱਚ ਵੀ ਇਹ ਸ਼ਾਮਿਲ ਨਹੀਂ ਹੋਣਗੇ ਇਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਕਿਸਾਨ ਜਿੰਨਾ ਚਿਰ ਸਾਡੀ ਇੱਕੋ ਮੰਗ ਹੈ ਕਿ ਸੁਆਮੀਨਾਥਨ ਰਿਪੋਰਟ ਜਿੰਨਾ ਚਿਰ ਲਾਗੂ ਨਹੀਂ ਹੁੰਦੀ ਉਹਨਾਂ ਚੱਕਰ ਕੋਈ ਵੀ ਜਿਹੜਾ ਫਾਇਦਾ ਆ ਕਿਸਾਨ ਦੇ ਵੱਲ ਨਹੀਂ ਹੋਊਗਾ ਕੋਈ ਵੀ ਜਿਹੜਾ ਫੈਸਲਾ ਲਿਆ ਜਾਂਦਾ ਉਹ ਕਿਸਾਨ ਹਤੈਾਸ਼ੀ ਨਹੀਂ ਹੋਊਗਾ ਤੇ ਸਰਕਾਰਾਂ ਤੇ ਜਿਹੜੇ ਸਰਕਾਰੀ ਨੁਮਾਇੰਦੇ ਜਿਹੜੇ ਨੇ ਲਗਾਤਾਰ ਦਾਅਵੇ ਕਰ ਰਹੇ ਨੇ ਕਿਸਾਨ ਹਤਿਆਸ਼ੀ ਹੋਣ ਦੇ ਉਹ ਵੀ ਕਿਤੇ ਨਾ ਕਿਤੇ ਝੂਠੇ ਨੇ